स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड बौडे निहाल सिंह वाला इहनूं तहसील पैंदी है ते जिला मोगा नाल ही पिंड इहदे नंगल रह जांदा दोस्तो जिहदे करके ये दोवां पिंडां दा नाम बौडे नंगल दी जॉइंट जिहा लिया जांदा। जिहड़े घर चों वीडियो बना रहे हैं पशु पालन दा काम बाई कोल काफ़ी सारे पशु रखे हुए है। अज वीर ने दो गावां विकाऊ कीतियां जिहदे च पहली क्रॉस गां गब्बण हजे सून च टाइम लैंदी है ते दूजी गां नूं सूई नूं कुछ टाइम हो गया बच्चा उहदे नाल है। सो डिटेल आपां पुछदे हां दस्सो वीडियो नूं एंड तक देखियो। जिहनूं जिहड़ी गां चंगी लगे उही खरीद लो जे पर तसल्ली तुसीं आप करनी है। आओ वीर नाल गल्लबात। सति श्री अकाल बाई जी। सति श्री अकाल। नाम दस्सी वीर। नाम सुखदर्शन सिंह जी। ठीक है सुखदर्शन भाई, दो गावां विकाऊ है, पहले नंबर वाली कहना मैं सूआ है, किन्ने दिन ले जूगी? दस दिन हजे ले जू। दूजे सूए दुद्ध किन्ना किलो? 24 किलो दसा जी। मालक खरीदी भी है? हाँ जी खरीदी है जी घरों। ठीक है रेट इहदा की? रेट है 53,000। खोल के तोरे दे। 53,000 रेट है दोस्तों ते तीजा सूआ सोनी है, दस दिन हजे ले जूगी। 24 किलो दुद्ध वीर कहना मालका ने दसिया, ब्रीड इहदी थोड़ी जी क्रॉस है। ये गावं गर्मी दे विच ही निकलदियां, इन्हां दियां वीडियो ज़्यादा आउंदियां ते गर्मी दे कम दियां ही ये गावं हुंदियां क्योंकि ये गर्मी घट मनाउंदियां। क्रॉस ब्रीड जदों पशु हो जांदा तां उहदे करके गर्मी घट मनाउण लग जांदा। हवाना सोहणा दिखा रही है पर हजे दिन बहुत पए है, उत्तों चौड़ी मझां जिन्नी है। 53,000 रेट है बल्ले आ मेरे पास। सो दसो ये 10 दिनां दी कच्ची गां तुहानूं दिखा रहा मैं पहले नंबर ते। ਇਹਦੂ ਬਾਅਦ 'ਚ ਇੱਕ ਸੂਈ ਵੀ ਗਾਂ ਤੁਹਾਨੂੰ ਦਿਖਾਉਣੀ ਹੈ। ਥਾਣੇ ਦੇ ਬਹੁਤ ਸੋਹਣੇ ਦੱਸੋ, ਜਦੋਂ ਨਾ ਕ੍ਰੋਸ ਲੈ ਤਾ ਤਾਂ ਉਦੋਂ ਇਹ ਚੀਜ਼ਾਂ ਤਾਂ ਖਾਸ ਹੋ ਜਾਂਦੀਆਂ ਕਿਉਂਕਿ ਢਾਂਚਾ ਸੋਹਣਾ ਆ ਜਾਂਦਾ, ਥਣ ਹਵਾਨਾ ਸਾਫ਼ ਸੁਥਰਾ ਸੋਹਣਾ ਆ ਜਾਂਦਾ ਇਹਨਾਂ ਦਾ। ਸੋ ਪਹਿਲੇ ਨੰਬਰ 'ਤੇ 53,000 ਰੇਟ, ਚੰਗੇ ਵੱਡੇ ਢਾਂਚੇ ਦੀ ਹਵਾਨਾ ਦੇਖ ਸਕਦੇ ਹੋ। ਹਜੇ ਬਣਾਉਣਾ ਸ਼ੁਰੂ ਕੀਤਾ ਪਰ 10 ਦਿਨ ਹਜੇ ਲਊਗੀ, ਸਪੇਸ ਬਹੁਤ ਹੈ, ਥਣ ਸੋਹਣੇ ਆ। ਇਹਦੋਂ ਅੱਗੇ ਸਾਹਮਣੇ ਵੱਡੀ ਗਾਂ ਇਹਨੂੰ ਸੂਈ ਨੂੰ ਸੁਖਦਰਸ਼ਨ ਬਾਈ ਕਿੰਨਾ ਚਲੋ ਗਿਆ? 35 ਦਿਨ ਹੋ ਗਈ ਅੱਜ। 35 ਦਿਨ ਬੱਚਾ ਇਹਦੇ ਨਾਲ? ਕੀ ਬੱਚਾ ਜੀ? ਆਹ ਜਿਹੜਾ ਨਾਲ ਖੜਾ ਇਹ? ਹਾਂਜੀ। ਕਿੰਨਵਾਂ ਸੂਆ ਸੂਈ? ਇਹ ਦੂਜੇ ਸੂਏ ਸੂਈ ਹੈ ਜੀ। ਦੂਜੇ ਸੂਏ? ਹਾਂ। ਦੁੱਧ ਹੁਣ ਕਿੰਨਾ? ਦੁੱਧ 16-17 ਕਿਲੋ ਬੈਠੇ ਜੀ। 16 ਕਿਲੋ ਤੋਂ ਬਾਹਰ ਹੈਗਾ? ਹਾਂਜੀ। ਤਾਜ਼ੀ ਦਾ ਦੁੱਧ ਜਾਂ ਪਿਛਲੇ ਸੂਏ ਕਿੰਨਾ ਕਰਿਆ ਵੀ? ਇਹ ਤਾਜ਼ੀ ਲਿਆਉਂਦੇ ਆ, ਸੂਣ ਵਾਲੀ ਲਿਆਉਂਦੀ ਸੀ ਜੀ ਪਹਿਲਾਂ। ਅੱਛਾ ਸੂਣ ਵਾਲੀ। ਸਾਡੇ ਕੋਲ 21-22 ਕਿਲੋ 20 ਕਿਲੋ ਕੱਢਿਆ ਤੇ ਘੱਟ ਗਈ ਫਿਰ 35 ਦਿਨ। ਸਾਡੇ ਕੋਲ ਜਿਹੜਾ ਬੰਦਾ ਸੀ ਚੋਣ ਵਾਲਾ ਬਾਹਰ ਲਾ ਸੀ ਉਹ ਚਲਿਆ ਗਿਆ। ਅੱਛਾ ਬੈਚਰੀ ਆ ਗਿਆ, ਹੁਣ ਲੇਬਰ ਵਾਲਾ ਮੁੰਡਾ 2 ਕੁ ਦਿਨ ਹੀ ਹੋਇਆ ਸਾਡੇ ਕੋਲ ਆਏ ਨੂੰ। ਠੀਕ ਹੈ ਪਸ਼ੂ ਜ਼ਿਆਦਾ ਸੀ ਪਰ ਸੇਵਾ ਨਹੀਂ ਹੋਈ? ਸੇਵਾ ਨਹੀਂ ਹੋਈ ਜੇ ਸਾਡੇ ਕੋਲ 4 ਸਾਈਜ਼ ਹੈ ਨਹੀਂ ਕਰਕੇ ਤਾਂ ਸੀਗਾ ਜੀ। ਠੀਕ ਹੈ ਅੱਛਾ ਰੇਟ ਇਹਦਾ ਕੀ ਰੱਖਿਆ? ਇਹਦਾ 43,000 ਰੁਪਈਆ। 43? ਹਾਂਜੀ। ਠੀਕ ਹੈ ਤੁਰਦੇ ਬਾਈ ਦੋਸਤੋ, 16 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਹਾਜ਼ਰ ਹੈ। ਬਹੁਤ ਵੱਡੇ ਕੱਦ ਦੀ ਵੱਡੀ ਵੇਲ ਦੀ ਗਾਂ, ਸਿੱਧੀਆਂ ਲੱਤਾਂ, ਹਵਾਨਾ ਪੱਟਾਂ ਦੇ ਸਨ 'ਚ, ਬੱਚਾ ਨਾਲ ਵੱਛਾ, ਸਿੰਘ ਕੋਈ ਹਜੇ ਬੱਚੇ ਦੇ ਨਹੀਂ ਨਿਕਲਣੇ ਸ਼ੁਰੂ ਹੋਏ। 35 ਦਿਨਾਂ ਦੀ ਵੀਰ ਕਹਿੰਦਾ ਸੂਈ ਹੋ ਗਈ ਅੱਜ। ਉਹ 16 ਕਿਲੋ ਦੁੱਧ ਵੱਡੇ ਢਾਂਚੇ ਦੀ ਗਾਂ ਜੇ ਕੋਈ ਵੀਰ ਖਰੀਦਣੀ ਚਾਹੇ, ਕੱਦ ਕਾਠ ਤਾਂ ਇਹਦਾ ਹੱਦੋਂ ਵੱਧ ਹੈ। ਤੋ ਥਣ ਬਹੁਤ ਸੋਹਣੇ ਆ, ਬਿੱਠੀ 'ਤੇ ਆ, ਥਣਾਂ ਦੇ ਵਿੱਚ ਸਪੇਸ ਚੰਗੀ ਹੈ, ਹਵਾਨਾ ਫਿਕਸ ਹੀ ਹੈ ਜਿੰਨਾ ਹੈਗਾ। 16 ਕਿਲੋ ਦੁੱਧ, 11:52 'ਤੇ ਵੀਡੀਓ ਜਿਹੜੀ ਬਣ ਰਹੀ ਹੈ ਟਾਈਮ ਉਸ ਹਿਸਾਬ 'ਤੇ ਤੁਸੀਂ ਇਹਦਾ ਦੇਖ ਸਕਦੇ ਹੋ। ਉਦੋਂ ਬਾਅਦ 'ਚ ਸ਼ਾਮ ਨੂੰ ਚਵਾਈ ਹੋਣੀ ਹੈ ਅਤੇ ਉਦੋਂ ਤੱਕ ਹਵਾਨਾ ਬਹੁਤ ਸੋਹਣਾ ਬਣਾਊਗੀ, ਉਮੀਦ ਇਹ ਕੀਤੀ ਜਾ ਸਕਦੀ ਹੈ। ਸੋ ਦੋਸਤੋ ਇਸ ਵੀਡੀਓ ਦੇ ਵਿੱਚ ਇਹ 2 ਨਗ ਵਿਕਰੀ ਵਾਲੇ, ਇਸ ਗਾਂ ਦੀ ਟੌਰ ਤੁਸੀਂ ਖੜੀ ਦੀ ਵੀ ਦੇਖ ਸਕਦੇ ਹੋ, ਤੁਹਾਨੂੰ ਪਸੰਦ ਆਊ। ਥਣ ਮੈਂ ਥੋੜ੍ਹਾ ਜਿਹਾ ਨੇੜੇ ਤੋਂ ਦਿਖਾ ਹੀ ਦਿੰਦਾ ਕਿਉਂਕਿ ਮੈਂ ਕਿਹਾ ਸੀ ਵੀ ਥਣ ਬਹੁਤ ਸੋਹਣੇ ਤਾਂ ਉਹ ਤੁਸੀਂ ਦੇਖ ਵੀ ਸਕਦੇ ਹੋ ਇੱਥੋਂ। ਸੋ ਅੱਜ ਦੀ ਇਸ ਵੀਡੀਓ 'ਚ ਦੋਸਤੋ ਇਹੀ 2 ਨਗ ਵੀਰ ਕੋਲ ਵਿਕਰੀ ਵਾਲੇ ਸੀ, ਤੁਹਾਨੂੰ ਜਿਹੜਾ ਪਸੰਦ ਹੋਵੇ ਆ ਕੇ ਤਸੱਲੀ ਨਾਲ ਖਰੀਦ ਲਿਓ, ਮਿਹਰਬਾਨੀ।